ਨਮਸਕਾਰ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫੇਰ ਸਾਡੇ YouTube ਚੈਨਲ ਦੇ ਉੱਪਰ ਜਿਵੇਂ ਕਿ ਲਾਸਟ ਵੀਕ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਪੀਟੈਟ ਦੇ ਜਿਹੜੇ ਸਰਟੀਫਿਕੇਟ ਨੇ ਉਹ ਨੈਕਸਟ ਜਿਹੜਾ ਮੰਗਲਵਾਰ ਆਉਣ ਵਾਲਾ ਉਸ ਤੱਕ ਜਿਹੜੇ ਡਾਇਟਸ ਤੱਕ ਪਹੁੰਚ ਜਾਣਗੇ ਔਰ ਇਸ ਦੇ ਸਬੰਧ ਵਿੱਚ ਅੱਜ ਜਿਹੜੀ ਲੇਟੈਸਟ ਜਾਣਕਾਰੀ ਪ੍ਰਾਪਤ ਹੋਈ ਉਸ ਦੇ ਅਨੁਸਾਰ ਡਾਇਟਸ ਨੂੰ ਜਿਹੜੇ ਸਰਟੀਫਿਕੇਟ ਨੇ ਉਹ ਵੰਡੇ ਜਾ ਰਹੇਗੇ ਸੋ ਕੁਝ ਡਾਇਟਸ ਨੂੰ ਜਿਹੜੇ ਸਰਟੀਫਿਕੇਟ ਨੇ ਉਹ ਦਿੱਤੇ ਜਾ ਚੁੱਕੇ ਨੇ ਡਾਇਟਸ ਨੂੰ ਜਿਹੜੇ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਉਹ ਬਲਾ ਬਲਾ ਕੇ ਬਾਈ ਹੈਂਡ ਜਿਹੜੇ ਸਰਟੀਫਿਕੇਟ ਨੇ ਉਹ ਦਿੱਤੇ ਜਾ ਰਹੇ ਨੇ ਔਰ ਨੈਕਸਟ ਆਪਾਂ ਕਹਿ ਸਕਦੇ ਹਾਂ ਕਿ ਬੁੱਧਵੀਰਵਾਰ ਤੱਕ ਜਾਂ ਸ਼ੁੱਕਰਵਾਰ ਤੱਕ ਆਪਾਂ ਨੂੰ ਜਿਹੜੇ ਸਰਟੀਫਿਕੇਟ ਨੇ ਉਹ ਡਾਈਟਸ ਦੇ ਵਿੱਚੋਂ ਮਿਲਨੇ ਸ਼ੁਰੂ ਹੋ ਜਾਣਗੇ ਸੋ ਇਸ ਦੇ ਸਬੰਧੀ ਕੁਝ ਹੈਲਪਲਾਈਨ ਨੰਬਰ ਵੀ ਵਿਭਾਗ ਦੀ ਸਾਈਟ ਦੇ ਉੱਪਰ ਸਾਨੂੰ ਸ਼ੋ ਹੋ ਰਹੇ ਨੇ ਇਹਨਾਂ ਹੈਲਪਲਾਈਨ ਨੰਬਰ ਦੇ ਉੱਪਰ ਕਾਲ ਕਰਕੇ ਵੀ ਆਪਾਂ ਪੁੱਛ ਸਕਦੇ ਹਾਂ ਕਿ ਸਾਡੀ ਡਾਈਟ ਨੂੰ ਜਿਹੜੇ ਸਰਟੀਫਿਕੇਟ ਨੇ ਪਹੁੰਚ ਚੁੱਕੇ ਨੇ ਜਾਂ ਨਹੀਂ ਪਹੁੰਚ ਚੁੱਕੇ ਔਰ ਡਾਈਟਸ ਜਿਹੜੀਆਂ ਨੇ ਉਹ ਸਰਕਾਰੀ ਸੰਸਥਾਵਾਂ ਨੇ ਜਿੱਥੇ ਈਟੀਟੀ ਕਰਵਾਈ ਜਾਂਦੀ ਹੈ ਔਰ ਇਸ ਤੇ ਸਬੰਧੀ ਡਾਈਟਸ ਦਾ ਵੇਰਵਾ ਅਸੀਂ ਪਹਿਲਾਂ ਹੀ ਜਿਹੜੀ ਵੀਡੀਓ ਬਣਾਈ ਸੀ ਇਸ ਤੋਂ ਪਹਿਲਾਂ ਲਾਸਟ ਵੀਕ ਉਸ ਦੇ ਵਿੱਚ ਦੇ ਚੁੱਕੇ ਹਾਂ ਔਰ ਉਸ ਵੀਡੀਓ ਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਜਿਹੜਾ ਡਾਈਟਸ ਦਾ ਵੇਰਵਾ ਲੈ ਸਕਦੇ ਹੋ ਔਰ ਇਸ ਦੇ ਨਾਲ ਹੀ ਇਹ ਨੰਬਰਾਂ ਤੇ ਕਾਲ ਕਰਕੇ ਵੀ ਤੁਸੀਂ ਆਪਣੀ ਡਾਈਟ ਬਾਰੇ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿਉਂਕਿ 22 ਜ਼ਿਲ੍ਹੇ ਨੇ ਔਰ ਸ 17 ਡਾਇਟਸ ਦਾ ਸਾਨੂੰ ਪਤਾ ਲੱਗਿਆ ਸੀ ਜਿਹੜੀਆਂ ਅਸੀਂ ਅਪਲੋਡ ਕੀਤੀਆਂ ਨੇ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਡਾਇਟ ਤਾਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਵੀ ਤੁਸੀਂ ਪੁੱਛ ਸਕਦੇ ਹੋ ਕਿ ਸਰਟੀਫਿਕੇਟ ਪਹੁੰਚੇ ਨੇ ਜਾਂ ਨਹੀਂ ਪਹੁੰਚੇ ਜਾਂ ਸਾਨੂੰ ਕਿਹੜੀ ਡਾਇਟ ਹੈ ਜਿਹੜੀ ਉਹ ਲੱਗਦੀ ਹੈ ਸੋ ਇਸ ਦੇ ਨਾਲ ਹੀ ਕੁਝ ਵਿਦਿਆਰਥੀਆਂ ਨੇ ਇਹ ਵੀ ਪੁੱਛਿਆ ਸੀ ਕਿ ਸਰ ਪੀਟੈਟ 1 ਸਾਡਾ ਜਿਹੜਾ ਉਹ ਕਲੀਅਰ ਹੈ ਸਾਨੂੰ ਸਰਟੀਫਿਕੇਟ ਮਿਲੇਗਾ ਜਾਂ ਨਹੀਂ ਮਿਲੇਗਾ ਤਾਂ ਉਹਨਾਂ ਲਈ ਜਾਣਕਾਰੀ ਲਈ ਦੱਸ ਦਈਏ ਕਿ ਪੀਟੈਟ 1 ਜੇ ਤੁਹਾਡਾ ਕਲੀਅਰ ਹੈ ਤਾਂ ਤੁਹਾਨੂੰ ਸਰਟੀਫਿਕੇਟ ਮਿਲੇਗਾ ਕਿਉਂਕਿ ਦੋਨਾਂ ਦਾ ਪੀਟੈਟ 1 ਔਰ ਪੀਟੈਟ 2 ਦਾ ਕੋਈ ਜ਼ਰੂਰੀ ਨਹੀਂ ਕਿ ਪੀਟਾ 2 ਕਲੀਅਰ ਹੋਏਗਾ ਤਾਂ ਹੀ ਸਰਟੀਫਿਕੇਟ ਮਿਲੇਗਾ ਜੇ ਤੁਹਾਡਾ ਇੱਕ ਪੇਪਰ ਕਲੀਅਰ ਹੈ ਕੋਈ ਵੀ ਤਾਂ ਤੁਹਾਨੂੰ ਜਿਹੜਾ ਸਰਟੀਫਿਕੇਟ ਹੈ ਉਹ ਮਿਲ ਜਿਗਾ ਕੁਝ ਵਿਦਿਆਰਥੀਆਂ ਦੇ ਮਨ ਦੇ ਵਿੱਚ ਡਾਟ ਸੀ ਕਿ ਪੀਟਾ 1 ਕਲੀਅਰ ਹੈ ਸੀ ਦੋਨੋਂ ਪੇਪਰ ਦਿੱਤੇ ਸੀ ਪੀਟਾ 2 ਕਲੀਅਰ ਨਹੀਂ ਸਰਟੀਫਿਕੇਟ ਮਿਲੇਗਾ ਜਾਂ ਨਹੀਂ ਮਿਲੇਗਾ ਜੇ ਤੁਹਾਡਾ ਇੱਕ ਪੇਪਰ ਦੋਨਾਂ ਚੋਂ ਕੋਈ ਵੀ ਕਲੀਅਰ ਤਾਂ ਸਰਟੀਫਿਕੇਟ ਜ਼ਰੂਰ ਮਿਲੇਗਾ ਸੋ ਇਸ ਤੇ ਨਾਲ ਹੀ ਰਿਕੁਐਸਟ ਹੈ ਜਿਹੜੇ ਵਿਦਿਆਰਥੀ ਨੇੜੇ ਨੇ ਡਾਈਟਸ ਦੇ ਉਹ ਜੇ ਉਹਨਾਂ ਨੂੰ ਸਰਟੀਫਿਕੇਟ ਜਦੋਂ ਵੀ ਮਿਲਦਾ ਹੈ ਤਾਂ ਕਮੈਂਟ ਜਰੂਰ ਕਰਨ ਤਾਂ ਕਿ ਜਿਹੜੇ ਦੂਰ ਦਰਾਡੇ ਵਿਦਿਆਰਥੀ ਨੇ ਉਹਨਾਂ ਤੱਕ ਜਿਹੜੀ ਇਨਫੋਰਮੇਸ਼ਨ ਹੈ ਉਹ ਪਹੁੰਚਾਈ ਜਾ ਸਕੇ ਔਰ ਜਿਹੜੇ ਵਿਦਿਆਰਥੀ ਮਾਸਟਰ ਕਾਰਡਰ ਦੀ ਜਾਂ ਸੀਟੈਟ ਦੀ ਤਿਆਰੀ ਕਰ ਰਹੇ ਨੇ ਜਾਂ ਪੀਟੈਟ ਦੀ ਤਿਆਰੀ ਵੀ ਕਰ ਰਹੇ ਨੇ ਉਹਨਾਂ ਉਹਨਾਂ ਨੂੰ ਰਿਕਵੈਸਟ ਹੈ ਕਿ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੀਆਂ ਜਿਹੜੀਆਂ ਅਪਲੋਡ ਵੀਡੀਓ ਨਾਲ ਉਹਨਾਂ ਦੀ ਹੈਲਪ ਦੇ ਨਾਲ ਤਿਆਰੀ ਕਰ ਸਕਦੇ ਨੇ ਸੋ ਉਮੀਦ ਹੈ ਕਿ ਜਿਹੜੀ ਵੀਡੀਓ ਹੈ ਤੁਹਾਨੂੰ ਪਸੰਦ ਆਏਗੀ ਪਸੰਦ ਆਇਆ ਤਾਂ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਰ ਲਾਈਕ ਕਰੋ ਔਰ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਜੀ ਥੈਂਕ ਯੂ ਸੋ ਮਚ